ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਸ਼ਹਿਰ ਅਜਨਾਲਾ, ਤਹਿਸੀਲ ਵੀ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸੋਨਮ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਗਾਵਾਂ, 1 ਝੋਟੀ ਅਤੇ 1 ਬੂਰੀ ਨੀਲੀ ਕੱਟੀ ਤੁਹਾਨੂੰ ਵਿਖਾਉਣੀ ਹੈ। ਇੱਕ ਕੱਟੀ ਉਹ ਤਰ੍ਹਾਂ ਵੇਖਣ 'ਚ ਜਿਹੜੀ ਸੋਹਣੀ ਹੈ, ਪਰ ਸਾਂਭ ਵੀ ਘੱਟ ਹੈਗੇ ਨੇ। ਬਿੱਲੀਆਂ ਅੱਖਾਂ ਵਾਲੀ ਬੂਰੀ ਨੀਲੀ ਜਿਹੜੀ ਤੁਹਾਨੂੰ ਦਿਖਾਉਣੀ, ਨਿਸ਼ਾਨੀਆਂ ਜਿਹੜੀਆਂ ਸਾਰੀਆਂ ਪੂਰੀਆਂ, ਅਗਲੇ ਪਿਛਲੇ ਪੈਰ ਵੀ ਚਿੱਟੇ, ਸਾਰੀਆਂ ਨਿਸ਼ਾਨੀਆਂ ਪੂਰੀਆਂ ਵਾ। ਜਿਹੜਾ ਕੋਈ ਸਾਂਭ ਵਾਲਾ ਲੈ ਜੂਗਾ, ਖੀਰੀ ਕੱਟੀ ਆ ਜਿਹੜੀ ਹਲੇ, ਇਹ ਵੀ ਤੁਹਾਨੂੰ ਐਂਡ 'ਤੇ ਦਿਖਾਵਾਂਗੇ। ਅਤੇ 3 ਗਾਵਾਂ ਅਤੇ 1 ਝੋਟੀ ਤੁਹਾਨੂੰ ਦਿਖਾਉਣੀ, ਸੂਈ ਸਵਾਈ ਮਗਰ ਕੱਟੀ ਆ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਵੀਰ ਜੀ, ਠੀਕ ਠਾਕ, ਤੁਸੀਂ? ਚਲੋ ਵਧੀਆ ਚਾਹੀਦਾ, ਅੱਜ ਲੱਗ ਗਈ ਧੁੱਪ ਫਿਰ। 2 ਦਿਨ ਆਏ ਨੀ ਤੁਸੀਂ, ਫਿਰ ਮੇਰਾ ਤੁਸੀਂ ਆਉਂਦੇ ਰਹੇ, ਮੇਰਾ ਮਾਲ ਮੂਲ ਵੇਚ ਜਾਂਦਾ ਰਿਹਾ। ਠੀਕ ਹੈ, 2 ਦਿਨ ਉੱਦਾਂ ਮਾਲ ਮੂਲ ਹੀ ਲੱਭਾ ਕੇ 2 ਦਿਨ। ਠੀਕ ਹੈ ਜੀ, ਹਾਂਜੀ ਠੀਕ। ਪਰਸੋਂ ਦਾ ਫਿਰ ਨਾਗਾ ਪੈ ਗਿਆ ਤੁਹਾਡਾ? ਪਰਸੋਂ ਭਾਜੀ ਮਾਲ ਤੁਹਾਨੂੰ ਪਤਾ, ਨੰਬਰ ਨੂੰ ਪਤਾ, ਸਾਰੇ ਵੀਰ ਭਰਾਵਾਂ ਹੁੰਦੇ ਹੀ ਆ। ਹਾਂਜੀ ਹਾਂਜੀ, ਫਿਰ ਜ਼ਿਆਦਾ ਮਾਨਸਾ ਜੀਰੇ ਮੋਗੇ ਵਾਲੀ, ਇੱਧਰ ਆਪਣਾ ਮਾਲ ਜ਼ਿਆਦਾ ਇੱਧਰ ਜਾਂਦਾ ਵਾ। ਅੱਛਾ, ਮਾਲ ਵੇਲੇ ਪਾਸੇ ਜ਼ਿਆਦਾ ਜਾਂਦਾ ਵਾ? ਹਾਂ ਠੀਕ ਆ, ਤੁਹਾਨੂੰ ਪਤਾ ਵੀਰ ਭਰਾ ਉੱਧਰ ਫਿਰ ਜ਼ਿਆਦਾ ਉੱਧਰ ਜਾਂਦਾ। ਠੀਕ ਆ, ਉੱਦਣ ਸਾਨੂੰ ਵੀਰਾਂ ਦੇ ਫੋਨ ਆਉਂਦੇ ਆ ਵੀ 7 ਵਜੇ, ਕਹਿੰਦੇ ਅਜੇ ਵੀਡੀਓ ਨਹੀਂ ਪਾਈ। ਹਾਂ ਮੈਨੂੰ ਬੜੇ ਆਏ ਆ। ਅੱਛਾ, ਅਸੀਂ ਵੀਡੀਓ ਨਹੀਂ ਪਾਈ, ਮੈਂ ਹੁਣ ਡੰਗਰ ਹੀ ਭਾਜੀ ਲੱਗੇ, ਫਿਰ ਵੀਡੀਓ ਪਾਉਣੀ ਤੁਹਾਡਾ ਮਾਲ ਡੰਗਰ ਤੇ ਫਿਰ ਪੱਕੇ ਨੰਬਰ ਨੂੰ ਲੈ ਗਏ ਲੋਕਾਂ ਦਾ। ਠੀਕ ਠੀਕ ਹੈ ਭਾਜੀ, ਫਿਰ ਠੀਕ, ਮਤਲਬ ਕੰਮ ਵਧੀਆ ਚੱਲਣ ਦਿਆ ਕੇ? ਵਧੀਆ, ਮਾਈ ਕਿਰਪਾ ਜਿੰਨਾ ਆਉਂਦਾ ਚੱਲ ਜਾਂਦਾ, ਉਸ ਵੇਲੇ ਬਾਜ਼ਾਰ ਵਧੀਆ ਚੱਲਣ ਦਿਆ ਕੇ ਪਰ ਸੱਚ ਨਾਲ ਵਧੀਆ ਚੱਲਦਾ ਇਹ ਕੰਮ। ਠੀਕ ਹੈ, ਆਹੋ ਜਿੰਨਾ ਤੇ ਨਹੀਂ ਚੱਲਦਾ, ਇਹ ਕਿ ਸਾਫ ਸੁਥਰਾ ਕੰਮ ਰੱਖੇ ਕੋਈ ਵੀਰ ਆ, ਮੋਗਿਆ ਜੀਰਾ ਮਖੂ ਦੇ ਹਾਂਜੀ ਇਤਬਾਰ ਕਰਦੇ ਆ। ਹਾਂਜੀ ਹਾਂਜੀ, ਉਹ ਚ ਪੈਸੇ ਪਾ ਦਿੰਦੇ ਆ। ਹਾਂਜੀ, ਆਪਾਂ ਨੂੰ ਫਿਰ ਧੱਕਾ ਦੇਈਏ, ਫਿਰ ਤਾਂ ਮਾੜੀ ਗੱਲ ਆ ਫਿਰ, ਹੈ ਨਾ? ਓਏ ਸਾਡੇ ਵੇਖੋ, ਤਬਾਰ ਤੇ ਅੱਧੀ ਜ਼ਬਾਨ ਨਾਲ ਪੈਸੇ ਪਾ ਦਿੰਦੇ ਅਕਾਊਂਟ 'ਚ। ਹਾਂਜੀ ਸਾਈ ਪਾ ਦੇਈਏ, ਆਪਾਂ ਦੁੱਧ ਹੋਵੇ ਹੁਣ ਗਾਂ ਮਾਝੇ ਆ। ਹਾਂਜੀ, ਦੁੱਧ ਹੋਵੇ 3 ਕਿਲੋ, ਅਸੀਂ 8 ਕਿਲੋ ਆਖੀਏ, ਫਿਰ ਤਾਂ ਉਹ ਧੱਕਾ ਹੀ ਹੋਣਾ। ਫਿਰ ਗਲਤ ਗੱਲ ਆ, ਫਿਰ ਕਲਪਨਾ ਕਲਪਨਾ ਹੈਗਾ ਭਾਜੀ, ਕਲਪਨਾ ਵੀ ਆ, ਨਾਲੇ ਇਦਾਂ ਆਪਣਾ ਵੀ ਅੱਡਾ ਖਰਾਬ ਹੁੰਦਾ ਵਾ, ਅੱਡਾ ਖਰਾਬ ਹੁੰਦਾ ਵਾ ਤੇ ਬਰਕਤ ਨਹੀਂ ਹੁੰਦੀ ਇਹੋ ਜਿਹੇ ਕੰਮ 'ਚ। ਸਾਫ ਸੁਥਰਾ ਹੀ ਤੇ ਬੰਦਾ, ਚਲੋ ਸੱਚਾ ਹੁੰਦਾ, ਕਿਹੜੇ ਕਰਮ ਵਾਲੀਆਂ ਝੂਠਾ ਕਰ ਦਿੰਦੀਆਂ ਸੱਚੇ ਬੰਦੇ ਨੂੰ ਵੀ। ਹਾਂਜੀ ਹਾਂਜੀ, ਅੱਜ ਢੂੰਡਿਆ ਕਿਸੇ ਕਰਮ ਵਾਲੀ ਝੂਠੇ ਪਵਾ ਦੀਆਂ ਵਾ, ਬਾਕੀ ਸਾਹ ਵਾਲੀਆਂ ਚੀਜ਼ਾਂ ਵਾ, ਇਹ ਕੋਸ਼ਿਸ਼ ਇਹੀ ਆ ਕਿ ਬੰਦਾ ਭਾਈ ਕੋਈ ਨਹੀਂ ਆਂਦਾ ਮੇਰੀ ਮਤਲਬ ਇੱਦਾਂ ਕੰਮ ਹੋਵੇ, ਹਰ ਬੰਦਾ ਤਾਂ ਮੇਰਾ ਸਹੀ ਰਹੇਗਾ। ਹਾਂਜੀ ਹਾਂਜੀ ਹਾਂਜੀ, ਇਹ ਗੱਲ ਆ। ਠੀਕ ਹੈ ਜੀ, ਕਰੀਏ ਸ਼ੁਰੂ ਫਿਰ? ਚਲੋ ਪਹਿਲਾਂ ਝੋਟੀ ਵੀ ਖਾ ਦਈਏ ਫਿਰ। ਨੰਬਰ ਨੰਬਰ ਅੱਜ ਰਹਿਣ ਦੇਣਾ ਜੀ, ਦੱਸਣਾ ਦੱਸ, ਤੁਹਾਡੀ ਮਰਜ਼ੀ ਜੀ। ਜ਼ਿਲ੍ਹਾ ਅੰਮ੍ਰਿਤਸਰ, ਠੀਕ ਹੈ, ਫੋਨ ਨੰਬਰ 98-6-65-65-57-52। ਨੰਬਰ ਤੁਸੀਂ ਕਹਿੰਦੇ ਹੈਗੇ ਆ ਸਾਰਿਆਂ ਕੋਲ, ਲੋੜ ਕੀ ਫਿਰ ਦੱਸਣ ਦੀ? ਇੱਧਰ ਦੇਖੋ, ਅੱਛਾ ਹੀਰਾ ਹੀ ਆ ਦੇ ਗਾਈ ਕਰੀ ਆ, ਅੱਛਾ ਚਾਈ ਲੱਗੀ ਜਨ ਕੋਈ ਗੱਲ ਨਹੀਂ ਕਹਿਣ ਵਾਲੀ ਆ। ਕੋ ਆ ਦੇ ਸਕਦੇ? ਅੱਛਾ, ਕੋਈ ਰੱਸੀ ਨਹੀਂ ਪਾਉਣੀ, ਕੋਈ ਕੁਝ ਨਹੀਂ, ਐਡੀ ਪੋਲੀ ਕਿਸਾਬ ਨਹੀਂ ਆ ਬਾ। ਠੀਕ, ਇਹ ਮਾਰੀ ਮਾਰੀ ਪਾ ਲੈ ਗਈ ਥੋੜੀ ਗਾਰਡ ਨੇ। ਠੀਕ ਆ, ਬਾਕੀ ਤਾਜੀ ਸੋਈ ਜਾਂਦੀ ਆ ਜੇ ਮੈਂ ਸੋਈ ਵਾ, ਤੀਜਾ ਚੋਥਾ ਦਿਨ ਹੋ ਗਿਆ ਜੀ। ਹਾਂ ਸਾਦੇ ਜੇ ਉਤਰਾ ਹੀ ਆ ਜਿਹੜੀ। ਹਾਂ ਮਾਰੀ ਮਾਰੀ ਆਲ ਮੈਨੇ ਪਾ ਲਈ ਹੈਗੀ ਜੀ। ਠੀਕ ਆ ਜੀ, ਤੇ ਕੋਈ ਰੱਸੀ ਨਹੀਂ ਪਾਉਣੀ, ਕੋਈ ਕੁਝ ਨਹੀਂ, ਜਿੱਦਾਂ ਮਰਜੀ ਬੋਲ। ਸੀਰ ਵੰਗੇ ਤੋਂ ਬਿਨਾ ਮਿਲਦੀ, ਜਿਹੜਾ ਮੇਰਾ ਵੀਰ ਖੜੇ ਮੰਗਾ ਨਾ ਪਾਵੇ। ਅੱਛਾ, ਵੰਗੇ ਤੋਂ ਬਿਨਾ ਮਿਲਦੀ ਆ, ਤੇ ਆ ਦੇਖ ਸਕਦੇ ਜੇ ਅੱਛੀ ਮਗਰ ਜੇ। ਬਾਕੀ ਇਹੋ ਜਿਹੀਆਂ ਚੀਜ਼ਾਂ ਠੰਡੀਆਂ ਸੀਲ ਘੱਟ ਲਾਉਂਦੀ ਆ ਭਾਜੀ, ਇਹ ਨਾ ਮਾਝੀ ਆ। ਅੱਛਾ, ਇਹਨੇ ਨਾ ਹੁਣ ਗਾਂ ਗਰਮੀ ਜਿਹੜੇ ਚਿੱਟੇ ਪੈਣੇ ਆ। ਹਾਂਜੀ ਹਾਂਜੀ, ਨਾ ਇਹ ਗਰਮੀ ਮਨਾਉਣੀ ਆ। ਹਾਂਜੀ, ਤੇ ਨਾਲੇ ਹਿਸਾਬ ਨਾਲ ਮਾਝੀ ਦੀ ਮਾਝੀ ਆ, ਘਰ ਵਰਤਣ ਵਾਸਤੇ ਦੁੱਧ ਵੀ ਸਭ ਤੋਂ ਇੱਕ ਨੰਬਰ। ਆਹ ਵੇਖੋ, ਤੇ ਮਗਰ ਵੀ ਇਹਦੇ ਵਰਗੇ ਬੱਚੇ, ਮਗਰ ਵੀ ਸੇਮ ਬੱਚੇ। ਠੀਕ ਹੈ ਜੀ, ਲਾਤੜਾ ਮਾਰਨੀ ਕਿਤਨੀ। ਬਾਕੀ ਜਿੰਨੇ ਘਰ ਪੀਣ ਵਾਸਤੇ ਲੈਣੀ ਆ, ਉਹ ਵੀਰ ਵਾਸਤੇ ਜਿਹੜੀ ਬੜੀ ਵਧੀਆ ਚੀਜ਼ ਆ, ਠੰਡੀ ਤੇ ਰੀ ਆ। ਸੈਂਪਲ ਵੀ ਪੂਰਾ ਭਾਜੀ ਦਾ ਸੈਂਪਲ ਵੀ ਪੂਰਾ, 50-60 ਹਜ਼ਾਰ ਦੀ ਮਾਝ ਲੈਣੀ, ਉਹਦੇ ਵਾਸਤੇ ਗਾਂ ਵਧੀਆ। ਬਾਕੀ ਇਹੋ ਜਿਹੀਆਂ ਗਾਵਾਂ ਠੰਡੀਆਂ ਤੇ ਰੀਆਂ ਘੱਟ ਲੱਭਦੀਆਂ ਆ। ਤੇ ਕਿੰਨਾ ਕੁ ਵੀਰ ਜੀ ਦੁੱਧ ਜੇ ਇਹਦੇ ਕੋਲ ਬੋਲਾ? ਦੁੱਧ ਵੀਰ ਜੀ 8 ਕਿਲੋ ਵੱਧ ਹੋਊਗਾ। ਅੱਛਾ, ਆਪਾਂ 8 ਕਿਲੋ ਕੰਡਿਆਂ ਦੁੱਧ ਦੇਵਾਂਗੇ। ਕਿੰਨਾ ਕੁ ਚੁਆਈ ਜਾਊਗੀ? 3 ਮਿੰਟ ਤੋਂ ਕਿਲੋ ਗਾਂ ਚੋਈ ਜਾਂਦੀ, 4 ਮਿੰਟ। ਅੱਛਾ, ਇੰਨੀ ਪੱਲੀ ਆ। ਠੀਕ ਆ, 3-4 ਮਿੰਟ ਵੀ ਲੱਗਦੀ ਚੋਣ ਲੱਗੀਆਂ। ਤੇ ਉਤਰਾ ਕਿੰਨਾ ਕੁ ਚੁਆਈ ਜਾਊ? ਦੁੱਧ ਭਾਜੀ ਘਰ ਵਾਲੇ ਜਿਹਨਾਂ ਕੋਲ ਲਈ ਨਾ, ਹਾਂਜੀ, ਉਹ ਰਾਜਸਥਾਨ ਚੋਂ ਪਿਛਲੇ ਸੋਏ ਲਿਆਏ ਉਧਰੋਂ। ਠੀਕ ਆ, ਉਹ ਤਾਂ 13-14 ਕਿਲੋ ਕਰੂਗੀ। ਠੀਕ ਆ, ਅਸੀਂ ਇਹਨੇ ਚਲੋ 12 ਕਿਲੋ ਕਰੀਏ, ਵਧੀਆ ਵਾ। ਬਾਕੀ ਆਹ ਦੇਖ ਸਕਦੇ ਜੀ,
ਥੱਲੇ ਆ ਬੜੀ ਸਫਾਈ ਚ ਆ ਤੇ ਮੇਨ ਸਭ ਤੋਂ ਵੱਧ ਆ ਜਿਹੜਾ ਇਹਦਾ ਗਰਮੀ ਆਉਂਦੀ ਆ ਠੰਡੀ ਦਾ ਫਾਇਦਾ ਬੜਾ ਵਾ ਦੇਖੋ ਜਿੱਦਾਂ ਦੀ ਮਰਜ਼ੀ ਪੈ ਜਾਓ ਕਿਤੇ ਲੱਤ ਨੂੰ ਮਾਰਨਾ ਪਤਾ ਹੀ ਚੜੀ ਹੁੰਦੇ ਠੀਕ ਆ ਫਿਰ ਪਤਾ ਹੀ ਲੱਤ ਮਾਰ ਕਿੱਦਾਂ ਮਾਰੀ ਦੀ ਠੀਕ ਆ ਤੇ ਮੁੱਲੇ ਦਾ ਬਾਕੀ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਸਾਢੇ 8 ਕਿਲੋ ਹੋਊਗਾ ਪਰ ਆਪਾਂ 7.5 ਕਿਲੋ ਦੀ ਠੀਕ ਆ ਜੀ ਲੈ ਖੋਲੀ ਫਿਰ ਅਜੇ ਜਿਹੜੀ ਆ ਜਵਾਨ ਨੀ ਪੂਰੀ ਹੋਈ ਹੋਣ ਦੀ ਆ ਜਿਹੜੀ ਹਜੇ ਸੋਹਣੀ ਇਹ ਵੀ ਠੰਡੀ ਧੀਰੀ ਆ ਜਿਹੜੀ ਲੈ ਜਾਓ ਜੀ ਦੁੱਧ 8 ਕਿਲੋ ਹੋਊਗਾ ਤੇ ਕੀ ਰੱਖਣਾ ਵੀ ਇਹਦਾ ਫਿਰ 16,000 ਦੀ ਵਿੱਚੋਂ ਕਰਨਾ ਮਨ ਤਾਂ ਹੋਰ 15.5 ਦੀ ਭਾਈ ਹਾਂ ਨਾ ਹੀ ਦਵਾਂਗੇ ਅੱਛਾ ਮੇਰੇ ਵੀਰ ਹਜੇ ਹੱਥ ਜੋੜ ਕੇ ਬੇਨਤੀ ਮੇਰੇ ਵੀਰ ਕਿਸੇ ਠੰਡ ਠੁੜੀ ਜਗ੍ਹਾ ਜਾਂਦੇ ਆ ਹਾਂਜੀ ਦਿਹਾੜੀ ਕਿਤੇ ਪਾ ਤੇ ਪਾ ਦਾ ਫਰਕ ਪੈਂਦਾ ਮੇਰਾ ਵੀਰ ਕਈ ਗਰਮ ਹੁੰਦੇ ਆ ਕਿ ਤੱਤੇ ਸਨੇ ਹੋਇਆ ਕਰਨਾ ਅੱਛਾ ਆ ਚਲੋ ਮੇਰਾ ਵੀਰ ਵੇਖਿਆ ਕਰ ਦਿਹਾੜੀ ਟੱਕਰ ਦੁੱਧ ਹੁੰਦਾ ਵਾ ਕੀ ਗੱਲ ਭਾਈ ਠੰਡ ਬੜੀ ਆ ਬਈ ਇਹ ਆ ਕਿ ਜੇ ਕਹਿੰਦੇ ਇਸ ਤਰ੍ਹਾਂ ਤੇ ਮੇਰੇ ਘਰ ਦੋ ਡੰਗ ਚੋਗੇ ਇੱਥੋਂ ਹੀ ਦੋ ਟਾਈਮ ਚੋਗੇ ਲੈ ਜਾ ਦੋ ਟਾਈਮ ਕਰਕੇ ਖੜਿਆ ਕਰਨਾ ਤੇ ਹੁਣ ਛੋਟੀ ਸੂਈ ਸਵਾਈ ਜੇ ਵੀ ਸਵਾਈ ਕੱਟੀ ਰਹੀ ਇਹਦੇ ਮਗਰ ਵੀ ਕੱਟੀ ਆ ਤੇ ਆ ਹਵਾਨਾ ਦੇਖ ਸਕਦੇ ਤੇ ਲੱਗ ਗਿਆ ਤੇ ਆ ਕੱਟੀ ਜੇ ਸੂਆ ਪਹਿਲਾ ਹੀ ਪਹਿਲਾ ਸੂਆ ਆ ਦੇਖ ਸਕਦੇ ਹਵਾਨਾ ਕਿੰਨਾ ਚਿਰ ਹੋਇਆ ਵੀਰ ਜੀ ਇਹਨਾਂ ਸੂਈ ਨੂੰ ਸੂਈ ਨੂੰ ਭਾਈ 7-8 ਦਿਨ ਹੋ ਗਏ ਤੇ ਕਿੰਨਾ ਜੀ ਦੁੱਧ ਦੇ ਦੇਖੋ ਦੁੱਧ ਕੋ 6 ਕਿਲੋ ਹੋਊਗਾ ਇਹ ਬੋਲੇ ਦਾ ਹਿਸਾਬ ਹੀ ਸਾਬਣਾ ਤੁਸੀਂ ਦੁੱਧ ਲਾ ਲਓ ਗੋਲਾ ਲਾ ਲਓ ਕਿੰਨਾ ਕਿ ਚਵਾਈ ਜਾਊਗੀ 8-9 ਕਿਲੋ ਭਾਈ ਇਹ ਵੀ ਕਰੀਓ ਆਰਾਮ ਨਾਲ ਹੀ ਠੀਕ ਹੈ ਜੀ ਹਾਂ ਪਹਿਲਾ ਸੂਆ ਇਹ ਦੰਦਾ ਇਹ ਵੀ ਚੋਗੀ ਹੋਣੀ ਮਿਲਣਾ ਹੈ ਠੀਕ ਹੈ ਜੀ ਹਾਂਜੀ ਬਾਕੀ ਆ ਹਵਾਨਾ ਦੇਖ ਸਕਦੇ ਤੇ ਲੱਗ ਗਏ ਤੇ ਕੀ ਰੱਖੇ ਵੀਰ ਜੀ ਫਿਰ ਇਹਦਾ ਮੁੱਲ 50,000 ਦੀ ਬਾਕੀ ਚਲੋ ਠੰਡ ਚ ਨਵਾਉਣੇ ਫਿਰ ਕਿੰਨੇ ਆ ਤੇ 50 ਚੋਂ ਕਿੰਨੇ ਛੱਡਦੇ ਕੋਈ ਭੂਰ ਛੱਟਾ ਥਾਂ ਘਾੜ ਵਾਲਾ ਮਿਲ ਗਿਆ ਆਪਣੀ ਤੇ ਗਾਂ ਦੇ ਵੀ ਇੱਕ ਰੀ ਦੇਖ ਸਕਦੇ ਜੇ ਲੱਗੇ ਤਾਂ ਕਿੰਨੇ ਰੀ ਦੇ ਦਈਏ ਵੀ ਜੀ ਫਿਰ 1000 ਛੱਡ ਦਾਂ ਭਾਈ 50,000 ਦੀ ਬਸ 1000 ਹੀ ਛੱਡਣਾ ਜੀ ਤੁਸੀਂ ਦੱਸ ਹੁਣ ਦੀ ਛੋਟੀ ਚੰਗੀ ਪਹਿਲਾ ਸੁਭਾ ਜੀ ਕਰ ਦੋ ਕੋ ਮੰਨਤਾ ਨਾ ਹੋਰ ਦੱਸ ਦੋ ਤੁਸੀਂ 1000 ਛੱਡ ਦਈਏ ਹੋਰ 47,000 ਦੀ ਭਾਈ ਦੇ ਦਾਂਗੇ ਹਾਂ ਅੱਛਾ 47,000 ਹਾਂ ਨਾ ਛੋਟ ਹੀ ਹੋਣੀ ਹੈ ਜੋ 100-200 ਦੀ ਹੋਣੀ ਹੈ ਤੇ ਦੁੱਧ ਕਿੰਨਾ ਕਿ ਚਵਾਈ ਜਾਊਗੀ ਉਤਰਾ ਦੁੱਧ ਭਾਈ ਘਰ ਵਾਲੇ ਵੀ ਹੁਣ ਪਹਿਲਾ ਸੁਭਾ ਇਹ ਸੇਵਾ ਨੇ ਭਾਈ ਚੋਣਾ ਵਾ ਹਾਂਜੀ ਹਾਂਜੀ ਸੇਵਾ ਵਾਲਾ ਭਾਈ ਕੋ 5 ਕਿਲੋ ਚੋਲੇ ਦੇ ਭਾਈ ਕੋ 10 ਕਿਲੋ ਦੇ ਲੈ ਜੀ ਠੀਕ ਹੈ ਜੀ ਸੇਵਾ ਹੀ ਆ ਤੇ ਮਗਰ ਆ ਕੱਟੀ ਆ ਨਾ ਮਗਰ ਆ ਕੱਟੀ ਵੀ ਆ ਵਧੀਆ ਕੈਮ ਜੇ ਇਹਦੇ ਇਹ ਕਾ ਗਾ ਆਇਆ ਜਿਹੜੀ ਤੇ ਇਹ ਵੀ ਬੱਚੇ ਤੋਂ ਬਿਨਾ ਜੇ ਵਿੱਚ ਇਹ ਵੀ ਬੱਚੇ ਤੋਂ ਬਿਨਾ ਜੇ ਹਾਂ ਥਾਣੇ ਦੇ ਵੀ ਦੇਖ ਸਕਦੇ ਲੱਗ ਗਏ ਕਿੰਨਾ ਜੇ ਵਿੱਚ ਇਹਦੇ ਕੋ ਦੁੱਧ ਜੀ ਦੁੱਧ 7 ਕਿਲੋ ਤੋਂ ਬਾਅਦ ਜੇ ਅੱਛਾ ਹਾਂ ਹੁਣ ਆਪਾਂ ਇਹ ਮੜੇ ਨਾ ਜਦੋਂ ਗੰਗਾ ਪਾਉਣੇ ਨਾ ਅੱਛਾ ਖਲੋਤੀ ਜੀ ਅਗਲਾ ਪੀਸਾ ਫੜ ਕੇ ਚੋਨੇ ਨਾ ਅੱਛਾ ਮਾੜੀ ਜੀ ਲਾਤੀ ਹਿਲਾਉਣੀ ਇਦਾਂ ਨੇ ਠੀਕ ਹੈ ਆਪਾਂ ਧਾਰਾ ਮਰਾ ਦੇਣੇ ਦੱਸ ਦੇਣੇ ਵੀ ਚਲੋ ਦਿਖਾ ਦਈਏ ਇੱਕ ਵਾਰੀ ਹਨਾ ਫਿਰ ਚਲੋ ਦਿਖਾਈ ਦਈਏ ਫਿਰ ਹੀ ਤੋਰਦੇ
ਪਾ ਦੇ ਵੀਰ ਜੀ ਲੱਸੀ ਫਿਰ ਹਾਂ ਵੀਰ ਜੀ ਇਦਾਂ ਪੂਰਾ ਫੀਡ ਪਾ ਕੇ ਨਾ ਗਾੜੀ ਭਾੜਾ ਪਾਓ ਬਾਕੀ ਜੋ ਵੀ ਚੀਜ਼ ਆ ਤੁਹਾਨੂੰ ਵਿਖਾ ਦਿੰਦੇ ਆ ਜਿਹੜੇ ਵੀਰ ਨੂੰ ਫਿਰ ਫੱਟੀ ਰੱਖ ਕੇ ਚੋ ਬਾਕੀ ਇਹੋ ਜਿੰਨਾ ਕਰਦੀ ਸਾਹਮਣੇ ਵੇਖ ਲੈਣਾ ਭਾਈ ਤੁਸੀਂ ਠੀਕ ਹੈ ਵੀਰ ਮੇਰਾ ਆਇਆਂ ਨੂੰ ਮੂਡ ਮੜਾਈ ਜਾਵੇ ਆਉਣ ਲੱਗੀ ਜਾਵੇ ਚੰਗਾ ਲੱਗਦਾ ਭਾਈ ਕੰਮ ਠੀਕ ਹੈ ਜੀ ਹਾਂ ਪਹਿਲੇ ਦਿਨ ਹਾਲੇ ਮਾੜਾ ਪਸਮੀ ਵੀ ਨਹੀਂ ਇਹ ਅੱਛਾ ਪਹਿਲੇ ਦਿਨ ਮਾੜਾ ਜਿਹਾ ਦਿੱਤਾ ਸੀ ਮੈਂ ਟੀਕਾ ਲਾਤਾ ਮਾਸਾ ਕੋ ਠੀਕ ਹੈ ਆਹੋ ਚਲੋ ਦੱਸਿਆ ਚੰਗਾ ਦਾ ਵੀਰ ਭਰਾ ਕਿਸੇ ਓਪਰੇਸ਼ਨ ਨਗਰ ਕਰਦਾ ਹੀ ਆ ਠੀਕ ਹੈ ਜੀ ਬਾਕੀ ਆ ਦੇਖ ਸਕਦੇ ਜੀ ਇੰਨਾ ਕੁ ਕਰਦੀ ਜਿਹੜਾ ਬਾਕੀ ਚਵਾ ਜਿਹੜਾ ਪੂਰਾ ਵਧੀਆ ਇਹਦਾ ਆ ਦੇਖ ਸਕਦੇ ਜੀ ਬਾਕੀ ਦੂਸਰੇ ਸਣਾਂ ਦਾ ਵੀ ਚਵਾ ਦੇਖ ਸਕਦੇ ਜੀ ਪੂਰਾ ਵਧੀਆ ਬਾਕੀ ਕਈ ਵਾਰੀ ਹੱਥੀ ਵੀ ਪੈ ਜਾਂਦੀਆਂ ਵਾ ਦੋਧੀ ਡੋਲੀ ਗਾੜੀ ਖਲੋਤਾ ਵਾ ਜਾਂ ਖਲਾ ਲਿਆ ਹਾਂਜੀ ਹਾਂਜੀ ਮਾਸਾ ਮੋਟ ਜਿਹੜੀ ਉਧਰ ਦੀ ਲੱਤ ਲਾਉਂਦੀ ਆ ਬਾਕੀ ਜੋ ਕੁਛ ਹੈਗਾ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਛ ਹਾਂਜੀ ਹਾਂਜੀ ਜੋ ਵੀ ਆ ਸਾਹਮਣੇ ਹੀ ਆ ਦੁੱਧ ਵੀ ਹੈਗਾ ਦੁੱਧ 8 ਕਿਲੋ ਭਾਈ ਹੋਊਗਾ ਪਰ ਆਪਾਂ 7 ਕਿਲੋ ਕਰਕੇ ਦੇਵਾਂਗੇ ਇੱਕ ਵਾਰੀ ਤੋੜ ਕੇ ਵਿਖਾ ਦਈਏ ਇਹਨੂੰ ਬਾਕੀ ਹੁਣ ਚਵਾਈ ਕਰਤੀ ਹੈ ਇਹਦੀ ਇਹਨਾਂ ਵੀਰ ਜੀ ਕਰਦਾ ਆਪਾਂ ਦੱਸ ਕੇ ਦੇਣੀ ਜਿਹੜੇ ਵੀਰ ਨੂੰ ਦੇਣੀ ਹਾਂਜੀ ਹਾਂਜੀ ਬਾਕੀ ਇਹਦੀ ਦੁੱਧ ਡੋਲਦੀ ਆ ਕੋ ਗਾੜੀ ਖਲੋਣਾ ਪੈਂਦਾ ਨਾ ਤੇ ਮੁੱਲ ਆ ਵੇਲੋ ਮੰਗਾ ਆਪਾਂ ਮੈਨੂੰ ਫੇਰ ਪਾ ਦਈਏ ਇਹਨੇ ਹਿੱਲਣਾ ਹੋਣਾ ਹੈਗਾ ਆ ਵੇਲੋ ਠੀਕ ਹੈ ਉਦਾਂ ਨਹੀਂ ਇਹਦੀ ਕੋਈ ਚੁੰਮ ਲੱਗੇ ਮੜਾ ਜਿਹਾ ਕਰ ਲੱਤ ਲਾਉਂਦੀ ਤੇ ਮੁੱਲ ਇਹ ਜਿਹੜਾ ਭਾਈ 13,500 ਦੀ 13,500 ਦੀ
ਵੇਚੋ ਕਰਨਾ ਮਨ ਤਨ ਹੋਰ 500 ਹੀ ਭਾਈ ਛੱਡਣਾ ਇਹਦਾ। ਅੱਛਾ ਯਾਰ ਦੁੱਧ 8 ਕਿਲੋ ਦੁੱਧ ਇਹਦੀ ਹਾਨੀ ਚਲੀ ਜਾਂਦੀ ਆ। ਠੀਕ ਆ ਜੀ, 8 ਕਿਲੋ ਦੁੱਧ ਆ ਕੋ ਭਾਈ, ਦੁੱਧ ਘਸ਼ਟਾਲਾ ਪਿਆ ਨਾ, ਬਾਕੀ ਦੁੱਧ ਵੀ ਸੰਘਣਾ ਹੁੰਦਾ ਇਹੋ ਜਿਹੀਆਂ ਗੰਮ ਦਾ ਨਾ। ਤੇ ਹੁਣ ਇੱਕ ਆ ਕੱਟੀ ਵਿਖਾ ਦਈਏ ਇਹ ਕਿੱਥੋਂ ਇੰਨੀ ਸਾਂਭ ਵਾਲੀ ਕੱਟੀ ਲੈ ਆਂਦੀ ਜੀ। ਸਾਂਭੀ ਵੀ ਜੀ ਕਿਸੇ ਵੇਲੇ ਡੰਡ ਲਾਈ ਕੱਤੀ, ਜਿਹੜੀ ਚੰਗੀ ਸਾਂਭ ਵਾਲੀ ਸਾਂਭਣੀ ਚਾਹੀਦੀ ਸੀ, ਪਰ ਜਿਹੜੇ ਕਿਸੇ ਵੀਰ ਨੇ ਸਾਂਭੀ ਨਹੀਂ ਆ। ਅੱਖਾਂ ਵੇਖੋ ਬਿੱਲੀਆਂ ਕੁੜੀ ਹੋਈ ਆ, ਖੀਰੀ ਚ ਮੂੰਹ ਆਖੋ ਇਹ ਜਵਾਨ ਨਹੀਂ ਹੋਈ। ਹਾਂ ਦੇਖ ਸਕਦੇ ਜੇ ਖੀਰੀ, ਆਹੋ ਬੱਚੀ ਖੀਰੀ ਆ ਜਿਹੜੀ ਅਜੇ ਵੇਲੋ ਨੱਕ ਨੂੰ ਅੱਖਾਂ ਬਿੱਲੀਆਂ, ਅੱਖਾਂ ਵੇਖੋ ਬਿੱਲੀਆਂ ਸਾਰੀਆਂ। ਬਾਕੀ ਇਹ ਆ ਕਿ ਜਿਹੜਾ ਕੋਈ ਲੈ ਜੂਗਾ ਸਾਂਭ ਵਾਲਾ ਕੱਟੀ ਤਿਆਰ ਹੋ ਜੂਗੀ ਨੀਲੀ ਦੀ, ਨੀਲੀ ਪੂਰੀ ਆ ਜਿਹੜੀ। ਠੀਕ ਆ, ਕਈ ਵਾਰੀ ਕਈਆਂ ਵੀ ਚੀਜ਼ਾਂ ਚੰਗੀਆਂ ਹੁੰਦੀਆਂ ਪਰ ਸਾਂਭੀਆਂ ਨਹੀਂ ਜਾਂਦੀਆਂ, ਤੇ ਇਹਦਾ ਕੀ ਰੱਖਣਾ ਮੁੱਲ ਫਿਰ? ਸਾਢੇ 14,000 ਤੇ ਵਿੱਚੋਂ ਕਰਨਾ ਕੋਈ ਮਾਨ ਤਨ 2-14 ਦੀ ਭਾਈ ਦੇ ਦਾਂਗੇ ਵੀ। ਠੀਕ ਆ ਜੀ, ਪਰ ਮੇਰਾ ਵੀ ਜਿਹੜਾ ਲੈ ਜੂਗਾ ਨੀਲੀ ਬੂਲੀ ਨੀਲੀ ਆ। ਅੱਛਾ ਸਾਲ ਝੋਟੀ ਪਿਆਰ ਹੋਊਗੀ, ਜਿਹੜੀ ਵੱਡੀ ਵਧੀਆ ਸੋਹਣੀ ਜਿਹੀ ਨਹੀਂ ਹੁੰਦੀ ਹੈਗੀ। ਠੀਕ ਆ ਜੀ, ਬਾਕੀ ਮੇਰਾ ਵੇਖ ਸਮਝ ਕੇ ਆਪਣੀ ਸਾਈ ਪਾਵੇ, ਫਿਰ ਮੇਰਾ ਵੀ ਇੱਥੇ ਕੋਈ ਆਣ ਕੇ ਆਖੇ ਲੱਸੀ ਆ ਵੱਡੀ ਆ ਛੋਟੀ ਆ, ਆਪਣਾ ਸੋ ਸਮਝ ਕੇ ਸਾਈ ਪਾਵੇ। ਠੀਕ ਆ ਜੀ, ਆਪਣੇ ਭਾਈ ਇੱਕ ਦੀ ਆਪਾਂ ਸਾਈ ਪਵਾ ਕੇ, ਹਾਂਜੀ ਆਪਾਂ ਦੂਜੇ ਨੂੰ ਫਿਰ ਨਾਮ ਬੰਦਾ ਮੁੜਨ ਜੋਗਾ ਨਾ ਕਹਿਣ ਜੋਗਾ। ਹਾਂਜੀ ਹਾਂਜੀ, ਮੁੜ ਕੇ ਉਹ ਵੀ ਨਾ ਖੜੇ, ਆਪਾਂ ਦੂਜੇ ਬੰਨੇ ਰਹਿ ਜਾਈਏ। ਠੀਕ ਆ ਜੀ, ਠੀਕ ਆ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚੱਕ ਕੇ ਖੜੇ ਜੀ, ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।